ਸਤਿ ਸ੍ਰੀ ਅਕਾਲ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚੋਂ ਨਰਮੇ ਦੀ ਫਸਲ ਦੇ ਉੱਤੇ ਕੰਮ ਕਰ ਰਹੇ ਹਾਂ ਕਾਫੀ ਸਾਲਾਂ ਤੋਂ ਤੇ ਡਰ ਇਸ ਵਾਰੀ ਵੱਡਾ ਬਣਿਆ ਹੋਇਆ ਗੁਲਾਬੀ ਸੁੰਡੀ ਦਾ ਉਹਦੇ ਥੋੜੀ ਜੀ ਚਰਚਾ ਕਰ ਲੈਨੇ ਆ 3-4 ਮਿੰਟ ਦੀ ਵੀਡੀਓ ਆ ਤੁਹਾਨੂੰ ਹੌਸਲਾ ਵੀ ਮਿਲੂਗਾ ਜਾਣਕਾਰੀ ਵੀ ਮਿਲੂਗੀ ਡਰ ਵੀ ਨਿਕਲੂਗਾ ਤੇ ਬਿਉਂਤਬੰਦੀ ਵੀ ਤੁਸੀਂ ਇਸ ਜਾਣਕਾਰੀ ਦੇ ਵੇਸ ਦੇ ਉੱਤੇ ਕਰ ਸਕਦੇ ਹੋ ਜਿਹੜੀ ਸਮੱਸਿਆ ਆਉਂਦੀ ਹੈਗੀ ਆ ਅੱਜ ਦੇ ਸਮੇਂ 80 ਦਿਨ ਦਾ ਵੀ ਨਰਮਾ ਹੋ ਗਿਆ 90 ਦਿਨ ਦਾ ਵੀ ਨਰਮਾ ਹੋ ਗਿਆ 50 ਦਿਨ ਦਾ ਵੀ ਨਰਮਾ ਖੜਾ ਹੈਗਾ ਗੇਤੇ ਨਰਮੇ ਦੇ ਵਿੱਚ ਫੁੱਲ ਫਲਾਗਾ ਸ਼ੁਰੂ ਹੋ ਗਿਆ ਫੁੱਲ ਬੰਦ ਹੋਏ ਮਿਲਣੇ ਸ਼ੁਰੂ ਹੋ ਗਏ ਟਿੰਡਿਆਂ ਦੇ ਵਿੱਚ ਸੁੰਡੀ ਮਿਲਣੀ ਸ਼ੁਰੂ ਹੋ ਗਈ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਇਹ ਇਸ ਅਵਸਥਾ ਦੇ ਵਿੱਚ ਲੱਗੇ ਹੋਏ ਫਲ ਨੂੰ ਜੇ ਸੁੰਡੀ ਨਾ ਵੀ ਖਾਂਦੀ ਇਹਨੇ ਫਿਰ بارش ਨੇ ਖਰਾਬ ਕਰ ਦੇਣਾ ਸੀ ਇਹਦੀ ਕੁਆਲਿਟੀ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀ ਹੈਗੀ ਇਸ ਅਵਸਥਾ ਦਾ ਲੱਗਿਆ ਹੋਇਆ ਫਲ ਤੁਹਾਡੇ ਘਰੇ ਨਹੀਂ ਜਾਂਦਾ ਜੇ ਜਾਂਦਾ ਤਾਂ ਉਹਦਾ ਕੋਈ ਰੇਟ ਵੀ ਜ਼ਿਆਦਾ ਵਧੀਆ ਨਹੀਂ ਲੱਗਦਾ ਹੁੰਦਾ ਮਤਲਬ ਟੈਨਸ਼ਨ ਨਹੀਂ ਲੈਣੀ ਹੈਗੀ ਰੌਲਾ ਹੈਗਾ ਜਿਹੜਾ ਪੈਨਿਕ ਬਣਦਾ ਡਰ ਬਣਦਾ ਡਰ WhatsApp ਗਰੁੱਪਾਂ ਤੇ ਜਾਂਦੀ ਆ ਫੇਸਬੁੱਕ ਦੇ ਅੰਦਰ ਸੋਸ਼ਲ ਮੀਡੀਆ ਤੇ ਜਾਂਦੀ ਆ ਫਿਰ ਦਵਾਈਆਂ ਵੀ ਘੁੰਮਣ ਲੱਗ ਜਾਂਦੀਆਂ ਫਲਾਨੀ ਦਵਾਈ ਦਾ ਰਿਜ਼ਲਟ ਆ ਰਿਹਾ ਹੈ ਜੀ ਫਲਾਨੀ ਬਾਇਓ ਦੀ ਦਵਾਈ ਕਰ ਲੋ ਜੀ ਫਲਾਨੀ ਐਦਾ ਦੇਸੀ ਤਰੀਕਾ ਵਰਤ ਲੋ ਜੀ ਐਦਾਂ ਕੋਈ ਅੰਗਰੇਜ਼ੀ ਦਵਾਈ ਆ ਗਈ ਜੀ ਇਹ ਸਿਸਟੈਮਿਕ ਆ ਗਈ ਗੁਲਾਬੀ ਸੁੰਡੀ ਜਦੋਂ ਟੀਂਡੇ 'ਚ ਵਗ ਗਈ ਉਹਨੇ ਟੀਂਡਾ ਖਰਾਬ ਕਰਤਾ ਉਸ ਤੋਂ ਬਾਅਦ ਉਹਨੂੰ ਮਾਰੋ ਚਾਹੇ ਛੱਡੋ ਦੋਸਤ ਬਣਾ ਲਓ ਮਿੱਤਰ ਬਣਾ ਲਓ ਤੁਹਾਡੇ ਕਿਸੇ ਕੰਮ ਦੀ ਨਹੀਂ ਹੈਗੀ ਤਿਆਰੀ ਹੈ ਜਿਹੜੀ ਉਹਦਾ ਜਿਹੜਾ ਸਰਕਲ ਹੈਗਾ ਉਹ 28 ਤੋਂ 42 ਦਿਨ ਦਾ ਹੈਗਾ ਕਈ ਵਾਰੀ ਵੱਡਾ ਵੀ ਹੋ ਜਾਂਦਾ ਹੈਗਾ ਲਾਈਫ ਸਾਈਕਲ ਦੇ ਵਿੱਚ ਦੋ ਸਟੇਜਾਂ ਹੈਗੀਆਂ ਪਤੰਗਾ ਤੇ ਆਂਡੇ ਆਂਡਾ ਜੋ ਨਿਕਲਣ ਵਾਲੇ ਬੱਚੇ ਜਿੰਨਾ ਜਿੱਕਰ ਟੀਂਡੇ 'ਚ ਜਾਂਦੇ ਨਹੀਂ ਹੈਗੇ ਐਸਪੀ ਗਰੁੱਪ ਦਾ ਵੀ ਮਰ ਜਾਣਗੇ ਵੈਸੇ ਵੀ ਮਰ ਜਾਣਗੇ ਸਮੱਸਿਆ ਜਿਹੜੀ ਜ਼ਿਆਦਾ ਆਉਂਦੀ ਹੈਗੀ ਐ ਇਹਨਾਂ ਦਿਨਾਂ ਦੇ ਵਿੱਚ ਕਿ ਪਹਿਲਾਂ ਹੀ ਗਲਤ ਸਪਰੇਹਾਂ ਚੱਕ ਲਈਆਂ ਸੁੰਡੀ ਦਾ ਨਰਮਾ ਪਤਾ ਨਹੀਂ ਮਰਨਾ ਕਿ ਨਹੀਂ ਮਰਨਾ ਹੈਗਾ ਐਸਪੀ ਗਰੁੱਪ ਥਰਨ ਲੱਗਦਾ ਜਿਹੜੀ ਵੀ ਸਪਰੇਅ ਦੇ ਵਿੱਚ ਥਰਨ ਲੱਗਦਾ α-ਮੈਥਰਨ ਫਿਪਰੋਨਿਲ ਥਲੈਮਡਾ ਸੈਲ ਹੈਲੋਥਰਨ ਜਾਂ ਡੈਲਟਾ ਮੈਥਰਨ ਕੋਈ ਵੀ ਥਰਨ ਗਰੁੱਪ ਹੈਗਾ ਜਾਂ ਆਰਗੈਨੋਫਾਸਫੇਟ ਹੈਗਾ ਇਹਨਾਂ ਦੇ ਨਾਲ ਸੁੰਡੀ ਬਹੁਤ ਜਲਦੀ ਮਰ ਸਕਦੀ ਆ ਅਗਰ ਉਹ ਛਪਰਸ਼ ਦੇ ਵਿੱਚ ਆ ਜਾਂਦੇ ਹੈਗੇ ਆ ਹੋਰ ਵੀ ਬਹੁਤ ਸਾਰੇ ਕੀੜੇ ਛਪਰਸ਼ ਦੇ ਵਿੱਚ ਆ ਜਾਂਦੇ ਆ ਕੰਟੈਕਟ ਇਨਸੈਕਟੀਸਾਈਡ ਨਾਲ ਮਰ ਜਾਂਦੇ ਹੈਗੇ ਆ ਪਰ ਇਨਾਂ ਕੀੜਿਆਂ ਦੇ ਅੰਡੇ ਦੇਣ ਦੀ ਪਾਵਰ ਵੱਧ ਜਾਂਦੀ ਹੈਗੀ ਆ ਇਨਾਂ ਕੀੜਿਆਂ ਦੇ ਵਿੱਚ ਰਸ ਚੂਸਕ ਕੀੜਿਆਂ ਦੇ ਵਿੱਚ ਕੀ ਆ ਗਿਆ ਹਰਾ ਤੇਲਾ ਚਿੱਟਾ ਮੱਛਰ ਹੋਰ ਪੂਰੀ ਜੂ ਤੇ ਜੂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਨਸੈਕਟ ਹੈਗੇ ਜਿਹੜੇ ਤੁਹਾਡੇ ਨਰਮੇ ਦੇ ਉੱਪਰ ਆ ਸਕਦੇ ਹੈਗੇ ਆ ਤਾਂ ਗੁਲਾਬੀ ਸੁੰਡੀ ਦੇ ਡਰ ਤੋਂ ਜੇ ਤੁਸੀਂ ਪਹਿਲਾਂ ਹੀ ਕੋਈ ਤੁਹਾਡੀ ਵਿਆਉਂਤਮੰਦੀ ਖਾਦਾ ਬਾਰੇ ਹੈਣੀ ਨਰਮਾ ਵੇਰਲਾ ਕਰਨ ਬਾਰੇ ਹੈ ਨਹੀਂ 트੍ਰੈਪ ਲਾਉਣ ਬਾਰੇ ਹੈ ਨਹੀਂ ਉਹਦੀ ਮੋਨੀਟਰਿੰਗ ਕਰਨ ਵਾਸਤੇ ਹੈ ਨਹੀਂ ਅੱਗੇ ਇੱਤੀ ਬਿਉਂਤਬੰਦੀ ਦੇ ਵਿੱਚ ਤੁਹਾਡੀ ਕਮਜ਼ੋਰੀ ਆ ਤਾਂ ਫੇਰ ਤੁਸੀਂ ਭੁੱਲ ਜਓ ਵੀ ਕੱਲੀ ਗੁਲਾਬੀ ਸੋਣੀ ਨਾਲ ਲੜ ਕੇ ਤੁਸੀਂ ਨਰਮਾ ਕੱਢ ਲੋਗੇ ਜਾਂ ਕੋਈ ਸਮੱਸਿਆ ਤੁਹਾਡੀ ਹੱਲ ਹੋ ਜਾਣੀ ਹੈਗੀ ਆ بڑے ਵਟਸਐਪ ਗਰੁੱਪ ਬਣਾਏ ਹੈਗੇ ਆ ਕਈ ਦੁਕਾਨਦਾਰ ਚੰਗੇ ਵੀ ਹੈਗੇ ਆ ਦੁਕਾਨਦਾਰ ਬਹੁਤ ਬਿਜ਼ਨਸ ਮਾਈਂਡ ਵੀ ਹੈਗੇ ਆ ਤੁਹਾਨੂੰ ਉਹ ਪਹਿਲਾਂ ਗਲਤ ਸਪਰੇਹਾ ਦਿੰਦੇ ਆ ਫਿਰ ਤੁਹਾਨੂੰ ਸਹੀ ਸਪਰੇਹਾ ਦਿੰਦੇ ਆ ਤੁਹਾਡਾ ਖਰਚਾ ਬਹੁਤ ਜ਼ਿਆਦਾ ਜਜ ਲੈ ਕੇ ਜਾ ਚਲੇ ਜਾਂਦੇ ਹੈਗੇ ਆ ਅੱਜ ਦੇ ਸਮੇਂ ਵਿਗੇ ਦੇ ਵਿੱਚੋਂ 5 ਕਵਾਂਡਲ ਨਰਮਾ ਤੇ ਕਿਲੇ ਦੇ ਵਿੱਚੋਂ ਜੇਕਰ 8 ਕਵਾਂਡਲ ਨਰਮਾ ਤੁਹਾਡਾ ਸਹੀ ਘੱਟ ਖਰਚ ਨਾਲ ਹੁੰਦਾ ਉਹ ਖਰਚ ਦੇ ਉੱਤੇ ਪਹਿਰਾ ਦੇ ਲੋ ਗਲਤੀਆਂ ਕੱਢ ਲੋ ਤੇ ਉਨਾ ਹੀ ਤੁਹਾਡਾ ਫਾਇਦਾ ਹੋ ਜਾਣਾ ਹੈਗਾ ਇਸੇ ਹੀ ਸਿਸਟਮ ਦੇ ਲਈ ਅਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਸਦਾ ਪੱਤਰ ਦਿੰਦਾ ਹੈਗਾ ਅਸੀਂ ਕਿਸਾਨਾਂ ਦੇ ਵਿੱਚ ਜਾ ਕੇ ਬੋਲਦੇ ਆ ਅਸੀਂ ਉਹਨਾਂ ਦੀ ਗੋਸ਼ਟੀ ਕਰਦੇ ਆ ਸਵਾਲ ਜਵਾਬ ਲੈਣੇ ਹੈਗੇ ਆ ਨਰਮੇ ਦੀ ਫਸਲ ਦੇ ਵਿੱਚ ਪਹਿਲਾਂ ਬੜੀਆਂ ਸਮੱਸਿਆਵਾਂ ਚੱਲ ਰਹੀਆਂ ਪਰ ਜਿਹੜੀ ਗੁਲਾਬੀ ਸੁੰਡੀ ਵਾਲੀ ਸਮੱਸਿਆ ਹੈਗੀ ਆ 60 ਦਿਨ ਤੋਂ ਲੈ ਕੇ 130 35 ਦਿਨ ਤੱਕ ਤੁਹਾਡਾ ਨਰਮੇ ਦਾ ਸਫਰ ਉਹ ਹੈਗਾ ਜਿੱਥੇ ਫੁੱਲ ਲੱਗ ਕੇ ਟੀਂਡਾ ਬਣ ਕੇ ਖੇੜਦਾ ਤੇ ਤੁਹਾਡੇ ਖੇਤ ਦੇ ਵਿੱਚ ਲੇਬਰ ਨੇ ਜਾ ਕੇ ਚੁਗਣਾ ਹੈਗਾ ਇਸ ਸਫਰ ਦੇ ਵਿੱਚ ਕੀਤੀ ਹੋਈ ਇੱਕ ਵੀ ਗਲਤੀ ਤੁਹਾਨੂੰ ਉਹ ਨਰਮਾ ਚੁਗਣ ਨਹੀਂ ਦੇਣਾ ਹੈਗਾ ਤੇ ਜੇ ਇਸ ਸਫਰ ਦੇ ਵਿੱਚ ਕੋਈ ਤੁਸੀਂ ਨਰਮਾ ਵਿਰਲਾ ਕਰ ਲੋਂਗੇ ਨਾਰਮਲ ਖਾਦਾਂ ਦਾ ਉਪਯੋਗ ਕਰੋ ਜੋਰੀ ਯੂਰੀਆ ਦੀ ਹੈਵੀ ਡੋਜ਼ ਨਾ ਪਾਓ ਹੋਰ ਕਿਸੇ ਹੋਰ ਖਾਦ ਦੀ ਵੀ ਹੈਵੀ ਡੋਜ਼ ਨਾ ਪਾਓ ਜੇ ਲੋੜ ਮੁਤਾਬਕ ਆਪਾਂ ਨੂੰ ਖਾਦਾਂ ਦੇ ਮਿੱਟੀ ਦੇ ਆਪਦੇ ਗਿਆਨ ਹੈਗਾ ਵੀ ਕਿਹੜੀ ਖਾਦਾਂ ਦੀ ਲੋੜ ਪੈਂਦੀ ਹੈਗੀ ਸਾਡੇ ਏਰੀਏ ਵਿੱਚ ਇੱਕ ਬਾਣ ਰੇਤਲੇ ਵਾਲਾ ਰੇਤੇ ਵਾਲਾ ਉੱਥੇ ਖਾਦਾਂ ਜ਼ਿਆਦਾ ਪੈਂਦੀਆਂ ਨੇੜੇ-ਨੇੜੇ ਪਾਣੀ ਲੱਗਦੇ ਨੇੜੇ-ਨੇੜੇ ਖਾਦਾਂ ਪੈਂਦੀਆਂ ਹੈਗੀਆਂ ਇੱਕ ਬਾਣ ਇਸ ਤਰੀਕੇ ਦਾ ਹੈਗਾ ਜਿੱਥੇ ਡਾਕਰ ਬਾਣ ਜਿੱਥੇ ਖਾਦਾਂ ਦੀ ਲੋੜ ਨਾ ਹੋਵੇ ਤਾਂ ਵੀ ਫਿਰ ਖਾਦਾਂ ਤੁਸੀਂ ਪਾਉਣੇ ਹੈਗੇ ਤੇ ਨਰਮਾ ਜ਼ਿਆਦਾ ਬਾਇਓਮਾਸ ਤਿਆਰ ਕਰਦਾ ਰਸ ਜ਼ਿਆਦਾ ਤਿਆਰ ਕਰਦਾ ਹੈਗਾ ਉਹ ਸਾਰੇ ਤਰ੍ਹਾਂ ਦੇ ਕੀੜੇ ਸ ਗਲਾਬੀ ਸੁੰਡੀ ਦੇ ਨਾਲ ਜਿਹੜੀ ਅੱਜ ਦੇ ਸਮੇਂ ਵਰਤਨਯੋਗ ਜਾਣਕਾਰੀ ਹੈਗੀ ਆ ਕਿ ਫੈਰੋਮਨ Trap ਲਾ ਲਓ ਸਿਰਫ ਮੋਨੀਟਰਿੰਗ ਕਰ ਲਈ ਅੱਜ ਤੋਂ 20 ਦਿਨ ਪਹਿਲਾਂ ਆਪਣੇ ਖੇਤ ਚ ਕੋਈ ਭਮੱਕੜ ਆਂਡੇ ਦੇ ਕੇ ਗਿਆ ਸੀਗਾ ਉਹਨਾਂ ਦੇ ਉੱਤੇ ਆਪਾਂ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਤੇ ਅੱਜ ਸੁੰਡੀ ਮਿਲ ਰਹੀ ਹੈ ਤੇ ਘਪਰਾਉਣ ਦੀ ਫਿਰ ਲੋਡ ਅੱਜ ਤੋਂ 20 ਦਿਨ ਪਹਿਲਾਂ ਸੀ ਹੁਣ ਨਹੀਂ ਹੈਗੀ ਇਦੋਂ ਪਹਿਲਾ ਵਾਲੇ ਤੁਹਾਡੇ ਕੀਂਡੇ ਕਾਣੇ ਆ ਕੋਈ ਪ੍ਰੋਬਲਮ ਨਹੀਂ 60 ਦਿਨ ਤੋਂ 62 ਦਿਨ ਤੋਂ ਜਿਹੜਾ ਟੀਂਡਾ 130 ਦਿਨਾਂ ਦੇ ਵਿੱਚ ਲੱਗਣਾ ਉਹਦੇ ਵਿੱਚੋਂ 100 ਟੀਂਡੇ ਲੱਗਣ ਤੋਂ ਬਾਅਦ ਵੀ ਜੇ 80 ਤੁਹਾਡੇ ਬਚ ਗਏ ਤਾਂ 6 ਤੋਂ 8 ਕੁਆਂਟਲ ਪ੍ਰਤੀ ਏਕੜ ਦੀ ਜੀਲਡ ਆ ਜਿਹੜੀ ਉਹ ਬਣੇਗੀ ਤੇ ਇੰਨੇ ਕਨਾ ਤੁਹਾਡੇ ਖਰਚੇ ਤੁਹਾਨੂੰ ਸਰਵਾਈਵ ਕਰਨਾ ਸੌਖਾ ਹੋ ਜਾਊਗਾ ਪਰ ਜੇ ਤੁਸੀਂ ਉਹੀ ਸਪਰੇ ਹਾ ਗੁਲਾਬੀ ਸੁੰਡੀ ਨੂੰ ਗੁਲਾਬੀ ਨੋਟ ਨਾਲ ਵੀ ਨਹੀਂ ਕੰਟਰੋਲ ਕੀਤਾ ਜਾਂਦਾ 2000 ਰੁਪਏ ਕਿੱਲੇ ਵਾਲੀ ਸਪਰੇ ਮੈਂ ਕਰਾ ਦਿੰਦਾ ਗਾਰੰਟੀ ਨਹੀਂ ਕਰਦਾ ਕੰਪਨੀਆਂ ਵੱਖ-ਵੱਖਰੇ ਪਿੰਡਾਂ 'ਚ ਲਾਈ ਜਾਂਦੀਆਂ ਹੈਗੀਆਂ ਕੈਂਪ ਜੀ ਸਾਡੀ ਆ 70 ਦਿਨ ਤੇ ਕਰ ਲੋ ਜਾਂ 90 ਦਿਨ ਤੇ ਕਰ ਲੋ 15-15 ਦਿਨਾਂ ਦੇਰ ਕਰ ਲੋ ਉਹਨਾਂ ਨੂੰ ਕਾ ਲਿਖ ਕੇ ਦੇ ਦਿਓ ਜੀ 5000 ਰੁਪਏ ਦਿੰਨੇ ਆ 5000 ਰੁਪਏ ਦਾ ਕਿੰਨਾ ਨਰਮਾ ਬਣਦਾ ਹੈਗਾ 70 ਕਿਲੋ ਜਾਂ 70 ਕਿਲੋ ਨਰਮਾ ਲੈ ਜਾਓ ਜਾਂ 5000 ਰੁਪਏ ਲੈ ਜਾਓ ਸਾਡੇ ਕਿਹਜੇ ਸੁੰਡੀ ਨਹੀਂ ਹੋਣੀ ਚਾਹੀਦੀ ਟੀਂਡਾ ਸਾਫ ਦਾ ਖੇੜਨਾ ਚਾਹੀਦਾ ਹੈਗਾ ਉਹ ਜਮਾ ਗਾਰੰਟੀ ਨਹੀਂ ਕਰਦੇ ਹੈਗੇ ਠੀਕ ਹੈ ਜੇ ਉਹ ਗਰਾਬੀ ਸੁੰਡੀ ਤੋਂ ਗਾਰੰਟੀ ਕਰਦੇ ਹੋਣ ਚਾਹੇ ਬੀਜਾਂ ਵਾਲੇ ਚਾਹੇ ਪੈਸਿਸਾਈਡ ਵਾਲੇ ਤਾਂ ਫਿਰ ਉਹ 2 4 4000 ਕਿੱਲਾ ਸਾਡੇ ਕੋਲੇ ਵੀ ਬਹੁਤ ਆਉਂਦੇ ਹੈਗੇ ਆ ਅਸੀਂ ਬਹੁਤ ਉਹਨਾਂ ਨੂੰ ਵਰਜਦੇ ਹੈਗੇ ਆ ਪਰ ਜਿਹੜੀ ਚੀਜ਼ ਕੰਮ ਦੀ ਹੈਗੀ ਉਹਦੀ ਅਸੀਂ ਮਸ਼ਹੂਰੀ ਕਰਦੇ ਸਾਨੂੰ ਗਾਲਾਂ ਕੱਢਣ ਲੱਗ ਜਾਂਦੇ ਹੈਗੇ ਉਹ ਜਿਹੜੀ ਚੀਜ਼ ਕੰਮ ਦੀ ਨਹੀਂ ਹੈਗੀ ਉਹ ਮਣਾਮੂਹੀ ਵਰਤੀ ਜਾ ਰਹੀ ਹੈ ਮਾਰਕੀਟ ਦੇ ਵਿੱਚ ਫਿਰ ਤੁਸੀਂ ਉਹ ਵੀ ਲੈ ਕੇ ਵਰਤ ਰਹੇ ਹੈਗੇ ਹੋ ਤੁਹਾਡੀ ਖੇਤ ਜੇਬ ਦੇ ਵਿੱਚ ਹੋਣ ਵਾਲਾ ਖਰਚ ਹੈਗਾ ਜਿਹੜਾ ਉਹਦੇ ਤੁਸੀਂ ਨਾ ਕੋਈ ਪੈਰਾਮੀਟਰ ਲਾਇਆ ਹੋਇਆ ਨਾ ਹੀ ਤੁਹਾਡਾ ਕੋਈ ਆਬਦਾ ਕਾਨੂੰਨ ਆ ਨਾ ਹੀ ਤੁਹਾਡੀ ਕੋਈ ਸਿਲੈਕਟਿਵਿਟੀ ਹੈ ਵੀ ਤੁਸੀਂ ਖੇਤ ਦੇ ਵਿੱਚ ਕੀ ਪਾਉਣਾ ਕੀ ਛੱਡਣਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਾਣਕਾਰੀਆਂ ਸਾਂਝੀਆਂ ਕਰਾਂਗੇ ਇਹਨਾਂ ਦਿਨਾਂ ਵਿੱਚ ਕਿਸੇ ਸਪਰੇ ਦਾ ਸਾਰਾ ਨਾਮ ਲਓ ਜਦੋਂ ਫੁੱਲਾਂ ਵਾਲੀ ਅਵਸਥਾ ਤੇ ਚਲੇ ਗਏ ਆਪਣੇ ਖੇਤਾਂ ਦੇ ਵਿੱਚ ਸੁੰਡੀ ਨੂੰ ਪਣਪਣ ਦਾ ਮੌਸਮ ਜਿਆਦਾ ਸਿੱਲਾ ਗਿੱਲਾ ਨਮੀ ਵਾਲਾ ਮੌਸਮ ਤੇ ਕੱਚੀ ਫਸਲ ਆਪਾਂ ਬਣਾਈ ਹੋਈ ਆ ਫਿਰ ਗੁਲਾਬੀ ਦਾ ਸੁੰਡੀ ਦਾ ਹਮਲਾ ਕੋਈ ਰੋਕ ਨਹੀਂ ਸਕਦਾ ਇਹਦਾ ਆਪਾਂ ਮੱਕੜ ਮਣਾਮੂਹੀ ਖੇਤਾਂ ਦੇ ਵਿੱਚ ਆਉਣਾ ਹੈਗਾ ਰਾਜਸਥਾਨ ਹਰਿਆਣਾ ਦੇ ਵਿੱਚ ਨਰਮਾ ਜਿਆਦਾ ਲੱਗਿਆ ਹੋਇਆ ਪੰਜਾਬ ਦੇ ਵਿੱਚ ਪੈਚਸ ਦੇ ਵਿੱਚ ਲੱਗਿਆ ਹੋਇਆ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਬਹੁਤ ਜਿਆਦਾ ਨਰਮਾ ਲੱਗਿਆ ਹੋਇਆ ਤਾਂ ਇਸ ਦੇ ਪਤੰਗੇ ਨੂੰ ਨਰਮਾ ਲੱਭਣ ਦੀ ਲੋੜ ਨਹੀਂ ਹੈਗੀ ਇਹਦੇ ਜਿੱਧਰ ਨੂੰ ਜਾਣਾ ਨਰਮਾ ਹੀ ਮਿਲਣਾ ਹੈਗਾ ਤਾਂ ਜਿੱਥੇ ਵੀ ਇਹਨੇ ਮੀਟਿੰਗ ਕਰ ਲੈਣੀ ਆ ਆਪਾਂ ਮੱਕੜਨੇ ਆਂਡੇ ਦੇ ਦੇਨੇ ਹੈਗੇ ਆ ਆਂਡਿਆਂ ਦੇ ਵਿੱਚੋਂ 4 ਘੰਟਿਆਂ ਦੇ ਵਿੱਚ ਬੱਚਾ ਨਿਕਲ ਕੇ ਤੇ ਟੀਂਡੇ ਚ ਵੱਢ ਜਾਣਾ ਹੈਗਾ ਟੀਂਡਾ ਉਹਨੂੰ ਲੱਗ ਲੱਗ ਗਿਆ ਜਾਂ ਫੁੱਲ ਲੱਗ ਗਿਆ ਉਹਨੇ ਖਰਾਬ ਕਰ ਦੇਣਾ ਹੈਗਾ ਫੁੱਲ ਨੂੰ ਮਿਚਾ ਦਿੰਦਾ ਕਿੰਡੇ ਨੂੰ ਕਾਣਾ ਕਰ ਦਿੰਦਾ ਹੈਗਾ ਤੁਸੀਂ ਤੁਸੀਂ ਉਹ 4 ਘੰਟੇ ਦੀ ਵੇਟ ਕਰੋਗੇ ਵੀ ਆਪਾਂ ਕੋਈ ਸਪਰੇਅ ਕਰਾਂਗੇ ਤਾਂ 4 ਘਟੇ 'ਚ ਮਸਲਾ ਹੱਲ ਹੋ ਜੂ ਹੋਣਾ ਨਹੀਂ ਜੀ ਟਰੈਪ ਲਾ ਲਓ ਜਿਹੜੀਆਂ ਸਪਰੇਹਾਂ ਸਰਕਾਰ ਨੇ ਸਪਾਰਸ਼ ਕੀਤੀਆਂ ਪਰ ਫੈਨੋਫੋਸ ਕੀਤੀਆਂ ਠੀਕ ਹੈ ਪਤਾ ਨਹੀਂ ਕੰਮ ਕਰਦੀਆਂ ਕਿ ਨਹੀਂ ਕਰਦੀ ਪ੍ਰੋਕਲੇਮ ਕਰਤੀ ਲਿਕਵਿਡ ਜਾਂ ਤੁਸੀਂ ਦੂਸਰੀ ਨਾਰਮਲ ਕਰਤੀ 1 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਜਸ ਬਾਇਨ ਟੌਰਮ ਕੀਤੀ ਹੈਗੀ ਆ ਕੋਈ ਵੀ ਸੁੰਡੀ ਨੂੰ ਨਹੀਂ ਮਾਰੇਗੀ ਸੁੰਡੀ ਨੰਗੇ ਰੂਪ ਦੇ ਵਿੱਚ ਬੈਠੀ ਹੈਗੀ ਡਾਇਰੈਕਟ ਸਪਰੇਅ ਲੱਗ ਗਈ ਜਾਂ ਸਪਰੇਅ ਕੀਤੀ ਹੋਣ ਤੋਂ 4 ਘੰਟੇ ਬਾਅਦ ਸੁੰਡੀ ਸੰਪਰਕ ਦੇ ਵਿੱਚ ਆ ਗਈ ਤਾਂ ਮਰ ਸਕਦੀ ਹੈ ਟੀਂਡੇ ਚਲੀ ਗਈ ਨਹੀਂ ਮਰਦੀਏਗੀ ਨਾ ਮਾਰਨ ਦਾ ਫਾਇਦਾ ਹੈਗਾ ਸੋ ਕਈ ਵਾਰ ਅਸੀਂ ਅਸੀਂ ਕਈ ਵਾਰ ਲੈਕਚਰ ਕਰਦੇ ਹੈਗੇ ਆ ਫਾਰਮਰ ਦੇ ਵਿੱਚ 3-300 ਫਾਰਮਰ ਇਕੱਠਾ ਹੋ ਜਾਂਦਾ ਹੈਗਾ ਤਾਂ ਦਲੀਲਾਂ ਦੇ ਨਾਲ ਗੱਲ ਸਮਝਾਉਣੇ ਹੈਗੇ ਆ ਤੇ ਐਂਡ ਤੇ ਗੱਲ ਇੱਕ ਸੁਣਨ ਨੂੰ ਮਿਲਦੀ ਹੈਗੀ ਜਿਹੜੇ ਬੰਦੇ ਜਿਹੜੀ ਗੱਲ ਸੁਣਨ ਆਏ ਹੁੰਦੇ ਉਹਨਾਂ ਨੂੰ ਸੁਣਨ ਨੂੰ ਮਿਲਦੀ ਨਹੀਂ ਵੀ ਕੋਈ ਸਪਰੇ ਦਾ ਨਾਮ ਦੱਸਣਗੇ ਅਸੀਂ ਸਪਰੇ ਦਾ ਨਾਮ ਕੀ ਦੱਸ ਕੇ ਕਰਨਾ ਹੈਗਾ ਅਗਰ ਗੁਲਾਬੀ ਸੁਣੀ ਦੇ ਕੋਈ ਸਪਰੇ ਕੰਮ ਕਰਦੀ ਹੋਵੇਗੀ ਤਾਂ ਤੁਹਾਨੂੰ ਦੱਸ ਦਿਆਂਗੇ ਜਿਹੜੀਆਂ ਸਪਰੇਆਂ ਕੰਮ ਕਰਦੀਆਂ ਹੈਗੀਆਂ ਨਰਮਾ ਵੀ ਖਤਮ ਕਰ ਦਿੰਦੀਆਂ ਹੈਗੀਆਂ ਤੇ ਅੱਜ ਦੇ ਸਮੇਂ ਉਹਨਾਂ ਦੀ ਮੈਨੂਫੈਕਚਰਿੰਗ ਵੀ ਬੰਦ ਹੈਗੀ ਆ ਤੇ ਤੁਹਾਨੂੰ ਕੋਈ ਇਦਾਂ ਦਾ ਕੋਈ ਵੇਫਕੂ ਬਣਾ ਰਹਿਗਾ ਬਾਇਓ ਦੀ ਦਵਾਈ ਵੇਚ ਰਹਿਗਾ ਜਾਂ ਕੋਈ ਹੋਰ ਦਵਾਈ ਵੇਚ ਰਿਹਾ ਹੈਗਾ ਤਾਂ ਉਸ ਤੋਂ ਬਚ ਲੋ ਜਿਹੜਾ ਹੱਥੀ ਕੰਮ ਕਰਨ ਵਾਲਾ ਹੈਗਾ ਤੁਹਾਡੇ ਖੇਤ ਦੇ ਵਿੱਚ ਤੁਸੀਂ ਮੁਰਕਾ ਵਹਾਉਣਾ ਬੂਟੇ ਵਿਰਲੇ ਕਰਨੇ ਹੈਗੇ ਤਾਕਤ ਵਾਲੀਆਂ ਸਪਰੇਹਾਂ ਦਾ ਬਿਉਂਦਬੰਦੀ ਕਰਨੀ ਉਹ ਕਰ ਲੋ ਕਿਉਂਕਿ ਜਦੋਂ ਤੁਹਾਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਹੈਗਾ ਤਾਂ ਕੰਮ ਕਰਨ ਵਾਲਾ ਤੁਸੀਂ ਭੁੱਲ ਜਾਂਦੇ ਹੈਗੇ ਉਹ ਨਾ ਕਰਨ ਵਾਲਾ ਦੁੱਗਣਾ ਕਰਦੇ ਹੋ ਜਿਹੜੇ ਤੁਸੀਂ ਹਥਿਆਰ ਚੱਕੀ ਫਿਰਦੇ ਹੋ ਨਿਓ ਕਹੀ ਕਹਾੜੀ ਉਹ ਸਾਰੇ ਤਿੱਖੇ ਕਰਕੇ ਆਪਦੇ ਗਿੱਟਾਂ ਤੇ ਮਾਰਦੇ ਫਿਰ ਖੁਦਗੁਸ਼ੀਆਂ ਦਾ ਰਾਹ ਬਣਦਾ ਫਿਰ ਤੁਹਾਡੀ ਆਮਦਨ ਘਟਦੀ ਹੈਗੀ ਫਿਰ ਖੇਤੀ ਦੇ ਵਿੱਚ ਇਨਵੈਲੈਂਸ ਪੈਦਾ ਹੁੰਦਾ ਹੈਗਾ ਜੇ ਫਸਲ ਬਚੂਗੀ ਫਸਲ ਦੇ ਵਿੱਚ ਪੈਸਾ ਬਚੂਗਾ ਤਾਂ ਇਸ ਵਾਰ ਜੇ ਨਰਮਾ ਤੁਸੀਂ ਚੰਗਾ ਕੱਢ ਜਾਂਦੇ ਹੈਗਾ ਤਾਂ ਆਉਣ ਵਾਲੇ ਸਾਲ ਦੇ ਵਿੱਚ ਨਰਮਾ ਆਟੋਮੈਟਿਕ ਵੱਧ ਜਾਣਾ ਤੁਹਾਡਾ ਡਰ ਨਿਕਲ ਜਾਣਾ ਡਰ ਕੱਢ ਲਓ ਡਰ ਵਧਾਓ ਨਾ ਸੌਣ ਵਾਲੇ ਦਿਨਾਂ ਦੇ ਵਿੱਚ ਵੀ ਜਾਣਕਾਰੀਆਂ ਸਾਂਝੀਆਂ ਕਰਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ